ਜੁਟਿਓ ਆਪਾਂ ਰਸ਼ਪਾਲ ਨਾਲ ਦੋ ਗੱਲਾਂ ਮਾਲਵਾ ਟੀਵੀ ਦੇ ਲਈ ਕਰਾਂਗੇ। ਰਸ਼ਪਾਲ ਜੀ ਕਿੰਨੇ ਸਾਲ ਹੋ ਗਏ ਕਬੱਡੀ ਖੇਡਦਿਆਂ ਨੂੰ? ਭਾਈ 10 ਸਾਲ ਹੋ ਗਏ ਘੱਟੋ ਘੱਟ। ਤਾੜੀ ਮਾਰ ਦਿਓ, 10 ਸਾਲ ਹੋ ਗਏ। 9 ਵਾਰੀ ਹੁਣ ਤੱਕ ਤੁਸੀਂ ਇਸ ਸੀਜ਼ਨ ਦੇ ਵਿੱਚ ਬੈਸਟ ਬਣ ਚੁੱਕੇ ਹੋ, ਜਦੋਂ ਵੀ ਬੈਸਟ ਬਣਦੇ ਹੋ ਕਿੰਨੀ ਕੁ ਖੁਸ਼ੀ ਹੁੰਦੀ ਹੈ? ਭਾਜੀ ਮੇਰੇ ਕੋਲ ਖੁਸ਼ੀ ਸਾਂਭੀ ਨਹੀਂ ਜਾਂਦੀ, ਕਿਉਂਕਿ ਇਹ ਇਲਾਕੇ ਦੇ ਵਿੱਚ ਪਲੇਅਰਾਂ ਦੀ ਬਹੁਤ ਘਾਟ ਸੀ ਅਤੇ ਇਸ ਕਰਕੇ ਇਲਾਕੇ ਦਾ ਬਹੁਤ ਪਿਆਰ ਮਿਲਿਆ ਮੈਨੂੰ, ਜੋ ਵੀ ਆ ਇਲਾਕੇ ਸੰਗਤ ਕਰਕੇ ਜੋ ਵੀ ਬੈਸਟ ਦਾ ਸਾਰੀ ਸੰਗਤ ਦਾ ਸਾਂਝਾ। ਜਿਹੜੀ ਤੁਸੀਂ ਅਕੈਡਮੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ 'ਤੇ ਚਲਾ ਰਹੇ ਹੋ, ਕੀ ਸੁਪਨੇ ਲੈ ਕੇ ਚਲਾ ਰਹੇ ਹੋ? ਭਾਜੀ ਸੁਪਨਾ ਤਾਂ ਬਹੁਤ ਵੱਡਾ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਿਆਂ ਦਾ ਬਹੁਤ ਰੁਝਾਨ ਆ, ਇਹ ਜਿਹੜੇ ਇੱਧਰ ਇਲਾਕੇ ਦੇ ਜਿਹੜੇ ਬੱਚੇ ਆ ਨਸ਼ਿਆਂ ਤੋਂ ਬਾਝਣ, ਸਾਡੇ ਇਲਾਕੇ ਦੇ ਵਿੱਚ ਬਹੁਤ ਘਾਟ ਹੈ ਇਸ ਚੀਜ਼ ਦੀ, ਗੇਮਾਂ ਦੀ। ਕੋਈ ਸਰਕਾਰ ਨੇ ਸਾਡਾ ਹੱਥ ਨਹੀਂ ਫੜਿਆ, ਤਾਂ ਵੀ ਇਹ ਕਰਕੇ ਸੰਗਤ ਦਾ ਸਹਿਯੋਗ ਹੋ ਗਿਆ, ਸਹਿਯੋਗ ਜਿੰਨਾ ਸੰਗਤ ਦਾ ਆ, ਅਤੇ ਸੁਪਨਾ ਇਹ ਆ ਵੀ ਨਸ਼ਿਆਂ ਤੋਂ ਦੂਰ ਕਰਨਾ ਇੱਧਰ ਇਲਾਕੇ। ਭਵਿੱਖ ਦੇ ਤੁਹਾਡੇ ਕੀ ਪ੍ਰੋਗਰਾਮ ਨੇ ਕਬੱਡੀ ਪ੍ਰਤੀ, ਤੁਹਾਡੀ ਅਕੈਡਮੀ ਪ੍ਰਤੀ, ਜਾਂ ਆਪਣੇ ਭਵਿੱਖ ਦੇ ਤੁਹਾਡੇ ਕੀ ਪ੍ਰੋਗਰਾਮ ਨੇ? ਸਾਨੂੰ ਭਵਿੱਖ ਦੇ ਵਾਸਤੇ ਸਰ ਜਿੰਨੇ ਵੀ ਆ ਬੱਚੇ ਆ ਇਹਨਾਂ ਨੂੰ ਉੱਪਰ ਲੈ ਕੇ ਜਾਣ ਦਾ ਸੁਪਨਾ, ਜਿੰਨੇ ਵੀ ਅਕੈਡਮੀਆਂ 'ਚ ਇਲਾਕੇ ਦੇ ਬੱਚੇ ਆ ਇਹ ਸਾਰੇ ਜਿੰਨੇ ਵੀ ਇਲਾਕੇ ਦਾ ਸਹਿਯੋਗ ਆ, ਇਲਾਕੇ ਦਾ ਨਾਂ ਉੱਚਾ ਕਰਨ ਦਾ ਬਸ ਸੁਪਨਾ ਲਿਆ। ਤਾੜੀਆਂ ਮਾਰ ਦਿਓ ਰਸ਼ਪਾਲ ਜੀ ਦੇ ਨਾਂ 'ਤੇ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ।